ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਦੇ ਵਿੱਚ ਤੇ ਅੱਜ ਦੀ ਇਸ ਵੀਡੀਓ 'ਚ ਆਪਾਂ ਹਿਸਟਰੀ ਆਫ ਪੰਜਾਬ ਦੇ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਪੇਪਰ ਪੁਆਇੰਟ ਆਫ ਵਿਊ ਬਹੁਤ ਹੀ ਇੰਪੋਰਟੈਂਟ ਤੇ ਹੈਲਪਫੁਲ ਹੋਣ ਵਾਲੇ ਆ ਸੋ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਵੇਖਣਾ ਤੇ ਜੋ ਵੀ ਸਟੂਡੈਂਟ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਜ਼ਰੂਰ ਚੈਨਲ ਸਬਸਕ੍ਰਾਈਬ ਕਰਿਓ ਇਦਾਂ ਦੀ ਇੰਪੋਰਟੈਂਟ ਜਾਣਕਾਰੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਪਾਂ ਆਉਂਦੇ ਰਹਿੰਨੇ ਆ ਸੋ ਜਾ ਟਾਈਮ ਨਾ ਵੇਸਟ ਕਰਦੇ ਵੀਡੀਓ ਕਰਦੇ ਆ ਜੀ ਆਪਾਂ ਸਟਾਰਟ ਕਵੈਸਚਨ ਦੇ ਵਲ ਸੋ ਪਹਿਲਾ ਕਵੈਸਚਨ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਥਾਪਨਾ ਕਦੋਂ ਹੋਈ ਸੀ ਠੀਕ ਹੈ ਜੀ ਸੋ ਧਿਆਨ ਨਾਲ ਤੁਸੀਂ ਕਵੈਸਚਨ ਨੂੰ ਪੜ੍ਹ ਲੈਣਾ ਸਾਨੂੰ ਵੀ ਧਿਆਨ ਚ ਰੱਖਣਾ ਹੈ ਤੇ ਜਿਨ੍ਹਾਂ ਨੂੰ ਵੀ ਇਹਨਾਂ ਦਾ ਰਾਈਟ ਆਨਸਰ ਪਤਾ ਹੋਣਗੇ ਤੁਸੀਂ ਮੈਨੂੰ ਕਮੈਂਟ ਬੋਥ ਵਿੱਚ ਜਰੂਰ ਦੱਸਿਓ ਜਿਨ੍ਹਾਂ ਨੂੰ ਵੀ ਰਾਈਟ ਆਨਸਰ ਪਤਾ ਹੋਣਗੇ ਸੋ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ 1969 ਦੇ ਵਿੱਚ ਹਾਂਜੀ ਬਿਲਕੁਲ ਰਾਈਟ ਆਨਸਰ ਹੈ 1969 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਹੈ ਦੀ ਸਥਾਪਨਾ ਹੋਈ ਸੀਗੀ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਐਗਜ਼ਾਮਰ ਪੂਰੀ ਜਿਹੜਾ ਪੁੱਛ ਲੈਂਦਾ ਹੈ ਤਾਂ ਤੁਹਾਡੀ ਤੁਹਾਡੀ ਜੋ ਪੂਰੀ ਜਿਹੜੀ ਬਣਦੀ ਹੈ ਉਹ ਜੀ 24 ਨਵੰਬਰ 1969 ਦੇ ਵਿੱਚ ਜੋ ਹੈ ਅੰਮ੍ਰਿਤਸਰ ਦੀ ਸਥਾਪਨਾ ਹੋਈ ਸੀ ਜੋ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਸੋ ਧਿਆਨ ਰੱਖਿਓ ਚੱਲਦੇ ਅਗਲ ਕੁਐਸਚਨ ਦੇ ਵੱਲ ਉਸਰ ਲਾਹੌਰ ਯੂਨੀਵਰਸਿਟੀ ਦੀ ਪੁਨਰ ਸਥਾਪਨਾ ਦੇਚ ਦੀ ਵੰਡ ਮਗਰੋਂ ਚੰਡੀਗੜ੍ਹ ਵਿੱਚ ਕਦੋਂ ਹੋਈ ਸੀ ਤਾਂ ਜਿਹੜੀ ਆਪਣੀ ਲਾਹੌਰ ਯੂਨੀਵਰਸਿਟੀ ਹੈ ਠੀਕ ਹੈ ਤੁਹਾਨੂੰ ਪਤਾ ਹੋਏਗਾ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹ ਪਹਿਲਾਂ ਲਾਹੌਰ ਸੀਗੀ ਫਿਰ ਦੋਸਤੋ ਸ਼ਿਫਟ ਕੀਤਾ ਗਿਆ ਸੀ ਤਾਂ ਲਾਹੌਰ ਵਿੱਚ ਹੋਈ ਸੀ 1882 ਦੇ ਗੇਟ ਵਿੱਚ ਠੀਕ ਹੈ ਜੀ 1882 ਦੇ ਗੇਟ ਵਿੱਚ ਲਾਹੌਰ ਵਿੱਚ ਇਹਦੀ ਸਥਾਪਨਾ ਹੋਈ ਸੀ ਫਿਰ ਇਸ ਨੂੰ ਕੀ ਹੈ ਬਦਲ ਕੇ ਇਹ ਆਪਣੇ ਚੰਡੀਗੜ੍ਹ 450 ਏਕੜ ਦੇ ਵਿੱਚ ਸਨ ਬਣਾਇਆ ਗਿਆ ਸੀਗਾ ਤੇ ਚੰਡੀਗੜ੍ਹ ਵਿੱਚ ਕਦੋਂ ਬਣਾਈ ਗਈ ਸੀ ਜਦੋਂ ਸ਼ਿਫਟ ਕੀਤੀ ਗਈ ਸੀ 1900 58 ਚ ਦੇ ਵਿੱਚ ਠੀਕ ਹੈ 1958 1958 ਦੇ ਵਿੱਚ ਕੀ ਹੈ ਚੰਡੀ ਆਪਣੀ ਚੰਡੀਗੜ੍ਹ ਯੂਨੀਵਰਸਿਟੀ ਹਾਸ ਨੂੰ ਕੀ ਹੈ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ ਸੀਗਾ ਧਿਆਨ ਚ ਰੱਖਿਓ ਚੱਲਦੇ ਆਂ ਮੁੜ ਕਰਦੇ ਆਂ ਆਪਾਂ ਅਗਲੇ ਕੁਐਸਚਨ ਦੇ ਵੱਲ ਉਸ ਦੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕਦੋਂ ਹੋਈ ਸੀ ਠੀਕ ਹੈ ਜੀ ਪੰਜਾਬੀ ਯੂਨੀਵਰਸਿਟੀ ਠੀਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜਾ ਤੇ ਇਹ ਪੰਜਾਬੀ ਯੂਨੀਵਰਸਿਟੀ ਆਪਣ ਤੇ ਪਟਿਆਲਾ ਠੀਕ ਹੈ ਜੀ ਸੋ ਧਿਆਨ ਦੇ ਰੱਖਿਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਸਥਾਪਨਾ ਹੋਈ ਸੀ ਉਹ 1962 ਦੇ ਵਿੱਚ ਤੇ ਜੇਕਰ ਤੁਹਾਨੂੰ ਪੂਰੇੜ ਪੁੱਛ ਲਈ एग्जाम ਦੇ ਅੰਦਰ ਤਾਂ 30 ਅਪ੍ਰੈਲ ਧਿਆਨ ਦੇ ਰੱਖਿਓ 30 ਅਪ੍ਰੈਲ 1962 ਦੇ ਵਿੱਚ ਕੀ ਹੈ ਪੰਜਾਬੀ ਯੂਨੀਵਰਸਿਟੀ ਦੀ ਕੀ ਹੈ ਸਥਾਪਨਾ ਹੋਈ ਸੀਗੀ ਪਟਿਆਲਾ ਦੇ ਵਿੱਚ ਉਸ ਦਿਨ ਠੀਕ ਹੈ ਜੀ ਸੋ ਧਿਆਨ ਦੇ ਰੱਖਿਓ ਜੀ ਚੱਲਦੇ ਆ ਅਗਲੇ ਕੁਐਸਚਨ ਦੇ ਵੱਲ ਉਸ ਵੇਲੇ ਥਾਪਰ ਯੂਨੀਵਰਸਿਟੀ ਸਾਰੀਆਂ ਯੂਨੀਵਰਸਿਟੀਆਂ 'ਤੇ ਕਰਦੇ ਆ ਜੀ ਪੰਜ-ਛੇ ਕੁਐਸਚਨ ਸਿਰਫ ਉਹ ਯੂਨੀਵਰਸਿਟੀ ਦੇ ਕੀਤੇ ਆ ਠੀਕ ਹੈ ਸੋ ਧਿਆਨ ਚ ਰੱਖਿਓ ਥਾਪਰ ਯੂਨੀਵਰਸਿਟੀ ਪਟਿਆਲਾ ਹੈ ਇਸ ਦੀ ਸਥਾਪਨਾ ਕਦੋਂ ਹੋਈ ਸੀ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ 1956 ਦੇ ਵਿੱਚ ਹਾਂਜੀ ਬਿਲਕੁਲ ਰਾਈਟ ਆਨਸਰ ਹੈ 1956 ਦੇ ਵਿੱਚ ਕੀ ਹੈ ਥਾਪਰ ਯੂਨੀ ਜੋ ਪਟਿਆਲਾ ਦੇ ਵਿੱਚ ਹੈ ਇਸ ਦੀ ਸਥਾਪਨਾ ਜੋਸ ਹੈ ਕੀਤੀ ਗਈ ਸੀ ਠੀਕ ਹੈ ਜੀ ਸੋ ਧਿਆਨ ਚ ਰੱਖਿਓ ਚੱਲਦੇ ਆ ਗਏ ਕੁਐਸਚਨ ਦੇ ਵੱਲ ਉਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਹੈ ਲੁਧਿਆਣਾ ਦੇ ਵਿੱਚ ਆਪਣੀ ਬਹੁਤ ਮਸ਼ਹੂਰ ਹੈ ਜੀ ਖੇਤੀਬਾੜੀ ਯੂਨੀਵਰਸਿਟੀ ਸੋ ਇਸ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਇਹ ਹੋਈ ਸੀ 1963 ਬਾਹਰਤ ਡਿਗਰੀ ਦੇ ਗ੍ਰੇਡ ਵਿੱਚ ਹੋਈ ਸੀਗੀ ਸੋ 1963 ਦੇ ਵਿੱਚ ਕੀ ਹੈ ਬਾਹਰਤ ਡਿਗਰੀ ਦੇ ਗ੍ਰੇਡ ਵਿੱਚ ਪੰਜਾਬੀ ਯੂਨੀਵਰਸਿਟੀ ਖੇਤੀਬਾੜੀ ਵਿੱਚ ਖੇਤੀਬਾੜੀ ਜੋ ਠੀਕ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਜੀ ਸੋ ਧਿਆਨ ਚ ਰੱਖਿਓ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਬਹੁਤ ਜ਼ਰੂਰ ਸ਼ੇਅਰ ਕਰਿਓ ਫਰੈਂਡਸ ਰੋਟਾ ਵਿੱਚ ਠੀਕ ਹੈ ਸ ਦਰਜ ਭਗਤ ਰਵਿਦਾਸ ਜੀ ਦੇ ਸ਼ਬਦ ਸਲੋਕ ਤੇ ਦੋਹਿਆਂ ਆਦ ਦੀ કુલ ਗਿਣਤੀ ਕਿੰਨੀ ਹੈ ਠੀਕ ਹੈ ਜੀ ਭਗਤ ਰਵਿਦਾਸ ਜੀ ਸੋ ਇਹਨਾਂ ਦੀ ਜੋ કુલ ਸੰਖਿਆ ਜੀ ਠੀਕ ਹੈ ਇਹਨਾਂ ਦੀ ਸੋ ਇਹ ਹੈ 40 ਤੇ ਟੋਟਲ ਸੰਖਿਆ ਜੀ 40 ਜਿਕਰ ਤੁਹਾਨੂੰ ਗੁਰੂ ਗ੍ਰੰਥ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਦੇ ਸ਼ਬਦ ਸਲੋਕ ਦੋਹਿਆਂ ਦੀ ਜੋ ਗਣਤੀ ਐ ਸੰਖਿਆ ਜੋ ਪੁੱਛੀ ਜਾਂਦੀ ਹੈ ਤਾਂ ਤੁਹਾਡਾ ਰਾਈਟ ਆਂਸਰ ਹੋ ਜਾਏਗਾ 40 ਟੋਟਲ ਸੰਖਿਆ ਹੈ ਠੀਕ ਹੈ ਜੀ ਸੋ ਧਿਆਨ ਚ ਰੱਖਿਓ ਚੱਲਦੇ ਆਂ ਜੀ ਅਪ ਅਗਲੇ ਕੁਐਸਚਨ ਦੇ ਵੱਲ ਉਸ ਚਨਾਬ ਦਰਿਆ ਦਾ ਵੈਦਿਕ ਨਾਮ ਕੀ ਸੀ ਬਹੁਤ ਹੀ ਮਹੱਤਵਪੂਰਨ ਅਮਜ ਜਿਹੜੇ ਆਪਾਂ ਇਹ ਦਰਿਆਵਾਂ ਦੇ ਨਾਮ ਵੀ ਕਰਾਂਗੇ ਸੋ ਚਨਾਬ ਦਰਿਆ ਦਾ ਵੈਦਿਕ ਨਾਮ ਜੋ ਹੈ ਇਹ ਹੈ ਜੀ ਅਸਕਿਨੀ ਠੀਕ ਹੈ ਜੀ ਅਸਕਿਨੀ ਇਸ ਨੂੰ ਆਪਾਂ ਕਹਿੰਦੇ ਆ ਸੋ ਇਹ ਚਨਾਬ ਦਰਿਆ ਦਾ ਕੀ ਹੈ ਵੈਦਿਕ ਨਾਮ ਹੈ ਠੀਕ ਹੈ ਜੀ ਸੇ ਵੀ ਧਿਆਨ ਰੱਖਿਓ ਚੱਲਦੇ ਅਗਲ ਕੁਐਸਚਨ ਦੇ ਵੱਲ ਤੇ ਕਿੱਥੋਂ ਆਪਣਾ ਹੁੰਦਾ ਹੈ ਹਿਮਾਚਲ ਪ੍ਰਦੇਸ਼ ਵਗੈਰਾ ਇਧਰਲੇ ਪਾਸੋਂ ਹੋ ਕੇ ਜੋ ਲੰਘਦਾ ਹੈ ਠੀਕ ਹੈ ਸੋ ਇਹ ਹੈ ਚਨਾਬ ਦਰਿਆ ਦਾ ਵੈਦਿਕ ਨਾਮ ਠੀਕ ਹੈ ਜੀ ਅਸਕਿਨੀ ਉਸਦੇ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਲੇਖਕ ਨਾਨਕ ਕਾਲ ਦਾ ਨਹੀਂ ਹੈ ਤੇ ਨਾਨਕ ਕਾਲ ਦਾ ਇੱਥੇ ਜੋ ਨਹੀਂ ਹੈ ਜੋ ਆਪਣਾ ਲੇਖਕ ਉਹ ਹੈ ਜੀ ਬੂ ਅਲੀ ਕਲੰਦਰਾ ਹਾਂਜੀ ਏ ਆਪਸ਼ਨ ਇਜ਼ ਦਾ ਰਾਈਟ ਆਨਸਰ ਹੈ ਬੂ ਅਲੀ ਕਲੰਦਰਾ ਜੋ ਹੈ ਇਹ ਨਾਨਕ ਕਾਲ ਦਾ ਨਹੀਂ ਹੈ ਬਾਕੀ ਸ਼ਾਹ ਹੁਸੈਨ ਬਹੁਤ ਹੀ ਮਹਤਵਪੂਰਨ ਹਨ ਹੈ ਦਮੋਦਰ ਠੀਕ ਹੈ ਜੀ ਸੋ ਇਹ ਦੋਨੋਂ ਕੀ ਹਨ ਨਾਨਕ ਕਾਲ ਦੇ ਕੀ ਹੈ ਕਵੀ ਹਨ ਠੀਕ ਹੈ ਜੀ ਲੇਖਕ ਹਨ ਠੀਕ ਹੈ ਜੀ ਸੋ ਧਿਆਨ ਦੇ ਰੱਖਿਓ ਚੱਲਦੇ ਅਗਲੇ ਕੁਐਸਚਨ ਦੇ ਵੱਲ ਉਸ ਪੰਜਾਬੀ ਲੇਖਕ ਕੋਸ਼ ਕਿਸ ਦੀ ਰਚਨਾ ਹੈ ਠੀਕ ਹੈ ਪੰਜਾਬੀ ਲੇਖਕ ਕੋਸ਼ ਜੋ ਹੈ ਇਹ ਰਚਨਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੀ ਹਾਂਜੀ ਬਿਲਕੁਲ ਠੀਕ ਆਨਸਰ ਹੈ ਪ੍ਰੋਫੈਸਰ ਠੀਕ ਹੈ ਜੀ ਇੱਕ ਆ ਜੀ ਪੂਰਨ ਸਿੰਘ ਇਹ ਵੀ ਬਹੁਤ ਮਹੱਤਵਪੂਰਨ ਨਾਮ ਹੈ ਤੇ ਇਹ ਆਪਣੇ ਜਿਹੜਾ ਰਾਈਟ ਆਨਸਰ ਬਣਿਆ ਪ੍ਰੋਫੈਸਰ ਪ੍ਰੀਤਮ ਸਿੰਘ ਜੁਨ੍ਹਾਂ ਦੀ ਪੰਜਾਬੀ ਲੇਖ ਕੋਸ਼ ਕੀ ਹੈ ਰਚਨਾ ਹੈ ਠੀਕ ਹੈ ਜੀ ਸੋਦੇ ਅੱਜ ਅਗਰੇ ਕਿਉਂ ਚਾਹਦੇ ਆਂ ਗਲ ਕੁਐਸਚਨ ਦੇ ਬਾਅਦ ਉਸ ਪੰਜਾਬੀ ਸਾਹਿਜ ਦਾ ਮੁੱਢ ਕਿਸ ਤੋਂ ਵੱਜਾ ਹੈ ਤਾਂ ਪੰਜਾਬੀ ਸਾਹਿਤ ਦਾ ਜੋ ਮੁੱਢ ਬੱਜਾ ਉਹ ਅੱਜ ਕਿਹਦੇ ਨਾਸ ਜੋਗਿਆਂ ਤੋਂ ਠੀਕ ਹੈ ਜੀ ਇਹ ਮੰਨਿਆ ਜਾਂਦਾ ਕਿ ਨਾਸ ਜੋਗਿਆਂ ਤੋਂ ਕੀ ਹੈ ਪੰਜਾਬੀ ਸਾਹਿਤ ਦਾ ਜੋ ਮੁੱਢ ਹੈ ਇਹ ਬੱਜਾ ਹੈ ਬੱਜਿਆ ਗਿਆ ਹੈ ਠੀਕ ਹੈ ਜੀ ਸੋ ਧਿਆਨ ਦੇ ਰੱਖਿਓ ਉਸ ਸਿੱਠਨੀਆਂ ਕਦੋਂ ਗਾਈਆਂ ਦੀਆਂ ਠੀਕ ਹੈ ਸਿੱਠਨੀਆਂ ਬਾਰੇ ਸਾਰੇ ਜਾਣਦੇ ਹੋਣਗੇ ਤਾਂ ਸਿੱਠਨੀਆਂ ਗਾਈਆਂ ਦੀ ਜਦੋਂ ਆਪਣੀ ਜਾਂਜ ਟੁੱਕਦੀ ਹੈ ਠੀਕ ਹੈ ਜੀ ਜਾਂਜ ਟੁੱਕਣ ਸਮੇਂ ਕੀ ਹੈ ਸਿੱਠਨੀਆਂ ਜੋ ਹਨ ਗਾਈਆਂ ਦੀਆਂ ਵਿਆਹ ਦੇ ਨਾਲ ਸੰਬੰਧਿਤ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੋ ਜਾਂਜ ਸਮੇਂ ਇਹ ਕੀ ਹਨ ਸਿੱਠਨੀਆਂ ਗਾਈਆਂ ਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਇਹ ਬਹੁਤ ਹੀ ਮਹੱਤਵਪੂਰਨ ਕੁਸ਼ਨਾ ਹੈ ਧਿਆਨ ਦੇ ਰੱਖਿਓ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇਹਨਾਂ ਪ੍ਰਸ਼ਨ ਹੈ ਪਾਕਿਸਤਾਨ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਠੀਕ ਹੈ ਇਹ ਪਾਕਿਸਤਾਨ ਵਾਲਾ ਜੋ ਨਜ਼ਰ ਰਹਿੰਦੇ ਹਨ ਉਹਨਾਂ ਨੂੰ ਪਤਾ ਹੋਏਗਾ ਸੋ ਪਾਕਿਸਤਾਨ ਵਿੱਚ ਪੰਜਾਬੀ ਲਿਪੀ ਹੈ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਤਾਂ ਸ਼ਾਮੁਖੀ ਦੇ ਵਿੱਚ ਤੁਸੀਂ ਨਾਂ ਅਕਸਰ ਸੁਣਿਆ ਹੋਏਗਾ ਜਿੰਨਾਂ ਨੇ ਸੁਣਿਆ ਉਹ ਦੱਸਿਓ ਕਿ ਸ਼ਾਮੁਖੀ ਸ਼ਾਮੁਖੀ ਹੈ ਜੋ ਇਹ ਪਾਕਿਸਤਾਨ ਦੇ ਵਿੱਚ ਪੰਜਾਬੀ ਲਿਪੀ ਇਸ ਦੇ ਦੁਆਰਾ ਇਹਦੇ ਨਾਲ ਹੀ ਲਿਖੀ ਜਾਂਦੀ ਹੈ ਸ਼ਾਮੁਖੀ ਧਿਆਨ ਚ ਰੱਖਿਓ ਚਲਦੇ ਹਾਂ ਜੀ ਅੱਪ ਅਗਲੇ ਕਵਿਸ਼ਨ ਦੇ ਵਾਲ ਠੀਕ ਹੈ ਉਸ ਪੰਜਵੀਂ ਨਹਾਉਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਤਾਂ ਪੰਜਵੀਂ ਨਹਾਉਣ ਦੀ ਰਸਮ ਕੀਤੀ ਜਾਂਦੀ ਹੈ ਜੀ ਮੌਤ ਸਮੇ ਠੀਕ ਹੈ ਜੀ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਗੱਲ ਨਾਲ ਹਨ ਜੋ ਠੀਕ ਹੈ ਜੀ ਇਹ ਪੰਜਾਬ ਪੰਜਾਬੀ ਪੰਜਾਬੀ ਦੇ ਨਾਲ ਸੰਬੰਧਿਤ ਹੈ ਸੋ ਪੰਜਵੀਂ ਨਹਾਉਣ ਦੀ ਰਸਮ ਹੈ ਇਹ ਮੌਤ ਦੇ ਸਮੇਂ ਕੀ ਹੈ ਕੀਤੀ ਜਾਂਦੀ ਹੈ ਰਸਮ ਠੀਕ ਹੈ ਜੀ ਉਸ ਸਤਲੁਜ ਦਰਿਆ ਦਾ ਯੂਨਾਨੀ ਨਾਮ ਕੀ ਸੀ ਇਹ ਯੂਨਾਨੀ ਨਾਮ ਇਹ ਧਿਆਨ ਰੱਖਿਓ ਜੀ ਤੁਸੀਂ ਇਹ ਪਹਿਲਾਂ ਆਪਾਂ ਕੀਤੇ ਦੀ ਵੈਦਿਕ ਦਾ ਥੋੜਾ ਨਾਮ ਵੀ ਇਹਦਾ ਜਨਾਬ ਦਾ ਹੁਣ ਆਪਾਂ ਸਤਲੁਜ ਦੀ ਗੱਲ ਕਰ ਰਹੇ ਹਾਂ ਤੇ ਯੂਨਾਨੀ ਨਾਮ ਦੀ ਗੱਲ ਕਰ ਰਹੇ ਹਾਂ ਤਾਂ ਸਤਲੁਜ ਦਰਿਆ ਦਾ ਜੋ ਯੂਨਾਨੀ ਨਾਮ ਹੈ ਠੀਕ ਹੈ ਜੀ ਸੋ ਇੱਧਰ ਰਾਈਟ ਆਂਸਰ ਹੈ ਹਾਈ ਫਾਸਿਸ ਠੀਕ ਹੈ ਜੀ ਏ ਆਪਸ਼ਨ ਇੱਧਰ ਰਾਈਟ ਆਂਸਰ ਦਾ ਧਿਆਨ ਦੇ ਕੇ ਪੜ੍ਹ ਸਾਧ ਦਿਓ ਠੀਕ ਹੈ ਜੀ ਇਹ ਸਤਲੁਜ ਦਰਿਆ ਦਾ ਕੀ ਹੈ ਯੂਨਾਨੀ ਨਾਮ ਹੈ ਠੀਕ ਹੈ ਜੀ ਸੋ ਧਿਆਨ ਦੇ ਕੇ ਚੱਲਦੇ ਅਗਲੇ ਕੁਐਸਚਨ ਦੇ ਵੱਲ ਉਸੇ ਰਾਵੀ ਦਰਿਆ ਦਾ ਯੂਨਾਨੀ ਨਾਮ ਕੀ ਸੀ ਠੀਕ ਹੈ ਪਹਿਲਾਂ ਆਪਾਂ ਸਤਲੁਜ ਦਰਿਆ ਕੀਤੀ ਤਾਂ ਹੁਣ ਆਪਾਂ ਗੱਲ ਕਰ ਰਹੇ ਆ ਰਾਵੀ ਦੀ ਤਾਂ ਰਾਵੀ ਦਾ ਯੂਨਾਨੀ ਨਾਮ ਹੈ ਜੀ ਹਾਈਡਰੋ ਆਰਟਿਸ ਠੀਕ ਹੈ ਜੀ ਸੋ ਬੀ ਆਪਸ਼ਨ ਇਹਦਾ ਰਾਈਟ ਆਨਸਰ ਤੁਸੀਂ ਪੜ੍ਹ ਸਕਦੇ ਹੋ ਇਹ ਹੈ ਜੀ ਰਾਵੀ ਦਰਿਆ ਦਾ ਯੂਨਾਨੀ ਨਾਮ ਠੀਕ ਹੈ ਜੀ ਸੋ ਇਹ ਵੀ ਧਿਆਨ ਰੱਖਿਓ ਚਾਹਤ ਦੇ ਅਗਲੇ ਕੁਐਸਚਨ ਦੇ ਵਾ ਉਸ ਤੋਂ ਬਾਅਦ ਅਗਲਾ ਆਪਾਂ ਜੀ ਨਾਨਕ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀਗਾ ਇਹ ਸਾਰੇ ਹੀ ਨਾਨਕ ਸਿੰਘ ਦੇ ਬਹੁਤ ਹੀ ਮਹੱਤਵਪੂਰਨ ਨਾਵਲ ਹੈ ਜੀ ਕਿੱਟਾ ਨਹੁ ਮਤਰੇਈ ਮਾਂ ਠੀਕ ਹੈ ਇਹ ਜੋ ਜਿਹੜੇ ਪੜ੍ਹ ਸਾਡੇ ਤੁਹਾਨੂੰ ਪਤਾ ਹੀ ਹੋਵੇਗਾ ਜਿਨ੍ਹਾਂ ਨੇ ਪੜ੍ਹੇ ਹੋਣਗੇ ਠੀਕ ਹੈ ਉਹਨਾਂ ਨੂੰ ਨੌਲੇਜ ਹੋਏਗੀ ਤਾਂ ਇਹਨਾਂ ਵਿੱਚੋਂ ਜੋ ਸਭ ਤੋਂ ਪਹਿਲਾ ਨਾਵਲ ਹੈ ਉਹ ਹੈ ਜੀ ਮਤਰੇਈ ਮਾਂ ਹਾਂ ਜੀ ਮਤਰੇਈ ਮਾਂ ਇਸ ਦਾ ਰਾਈਟਰ ਹੋ ਜਾਏਗਾ ਇਹ ਹੈ ਜੀ ਨਾਨਕ ਸਿੰਘ ਜੀ ਬਹੁਤ ਮਹਤਵਪੂਰਨ ਨਾਮ ਹੈ ਜੀ ਠੀਕ ਹੈ ਜੀ ਰਚਨਾ ਨਾਵਲਾਂ ਦੇ ਵਿੱਚ ਇਹਨਾਂ ਦਾ ਨਾਮ ਹੁੰਦਾ ਹੈ ਤਾਂ ਇਹ ਪਹਿਲਾ ਨਾਮ ਹੈ ਜੀ ਇਹਨਾਂ ਦਾ ਨਾਨਕ ਸਿੰਘ ਦਾ ਮਤਰੇਈ ਮਾਂ ਠੀਕ ਹੈ ਜੀ ਸੋ ਧਿਆਨ ਦੇ ਰੱਖਿਓ ਚੱਲਦੇ ਆਂ ਅਗਲੇ ਕੁਐਸਚਨ ਦੇਵਾ ਉਹਦਾ ਪੰਜਾਬ ਦੇ ਫਸਲਾਂ ਹੇਠਲਾ ਖੇਤਰ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਵਿੱਚ ਕਣਕ ਬੀਜੀ ਜਾਂਦੀ ਤਾਂ ਕਣਕ ਜੋ ਪੰਜਾਬ ਦੀ ਗੱਲ ਕਰਦੇ ਆਂ ਫਸਲਾਂ ਦੀ ਗੱਲ ਕਰਦੇ ਆਂ ਤੇ ਕਣਕ ਦੀ ਗੱਲ ਕਰਦੇ ਆਂ ਤਾਂ ਇਹ 29.6% ਕੀ ਹੈ ਬੀਜੀ ਜਾਂਦੀ ਹੈ ਠੀਕ ਹੈ ਪੰਜਾਬ ਦੀ ਗੱਲ ਕਰਦੇ ਆਂ ਫਸਲਾਂ ਦੀ ਗੱਲ ਕਰਦੇ ਆਂ ਤੇ ਨਾਲ ਕਣਕ ਦੀ ਗੱਲ ਕਰਦੇ ਆਂ ਜੇ ਆਪਾਂ ਤਾਂ ਇਹ 29.6 ਰਕਮੇ ਦੇ ਵਿੱਚ ਹਿੱਸੇ ਦੇ ਵਿੱਚ ਕੀ ਹੈ ਇਹ ਬੀਜੀ ਜਾਂਦੀ ਹੈ ਠੀਕ ਹੈ ਜੀ ਸੋ ਵੀ ਤੁਸੀਂ ਧਿਆਨ ਜਰੂਰ ਰੱਖਿਓ ਚੱਲਦੇ ਅਗਲੇ ਕੁਐਸਚਨ ਦੇ ਵੱਲ ਉਸ ਪੰਜਾਬ ਦੇ ਫਸਲੀ ਖੇਤਰ ਦੇ ਕਿੰਨੇ ਭਾਗ ਜਿਹੇ ਹਿੱਸੇ ਵਿੱਚ ਦਾਣਾ ਉਗਾਈਆਂ ਜਾਂਦੀਆਂ ਹਨ ਪਹਿਲਾਂ ਆਪਾਂ ਕਣਕ ਦੀ ਗੱਲ ਕੀਤੀ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਇਹ ਦਾਲਾਂ ਦੀ ਠੀਕ ਹੈ ਜੀ ਸੋ ਇਹ ਵੀ ਕੁਸ਼ਚਨ ਬਹੁਤ ਹੀ ਬੇਸਿਕ ਜਿਹੇ ਹੁੰਦੇ ਆ ਬਹੁਤ ਹੀ ਇੰਟਰਸਟਿੰਗ ਜਿਹੇ ਵੀ ਹੁੰਦੇ ਆ ਤੇ ਇਹ ਇਹਨਾਂ ਦੇ ਕੁਸ਼ਚਨ ਜੋ ਹੈ ਪੁੱਟਕ ਹੋ ਜਾਂਦੇ ਜਿੱਥੇ ਜੇਕਰ ਤੁਹਾਡੇ ਇਗਜ਼ਾਮ ਵਿੱਚ ਪੰਜਾਬੀ ਹੈਗੀ ਹੈ ਤਾਂ ਮੈਂ ਗੱਲ ਕਰਦੇ ਪੀ ਟ੍ਰਿਪਲ ਐਸ ਦੇ ਵਿੱਚ ਜਿੰਨੇ ਵੀ ਇਗਜ਼ਾਮ ਹੈ ਸਾਰਿਆਂ ਵਿੱਚ ਹੀ ਅਕਸਰ ਹੀ ਸਾਰਿਆਂ ਵਿੱਚ ਹੀ ਜੋ ਹੈ ਪੰਜਾਬੀ ਹੋएगी ਤੇ ਹਾਈ ਲੈਵਲ ਤੇ ਬੇਸਿਕ ਜੀ ਹੋਏਗੀ ਠੀਕ ਹੈ ਜੀ ਸੋ ਇਹ ਤੁਸੀਂ ਧਿਆਨ ਨਾਲ ਜਰੂਰ ਪੜ੍ਹ ਲੈਣਾ ਇਦਾਂ ਦੇ ਕੁਸ਼ਲ ਤੁਹਾਨੂੰ ਹੋ ਸਕਦਾ ਬੁਟ ਅਪ ਹੋ ਜਾ ਠੀਕ ਹੈ ਜੀ ਸੋ ਪੰਜਾਬੀ ਦੀ ਆਪਾਂ ਗੱਲ ਕਰਦੇ ਫਸਲੀ ਤੇ ਦਾਣਾ ਕਿੰਨੇ ਪਰਸੈਂਟ ਜਾਂ ਕਿੰਨੀਆਂ ਕਿੰਨੀਆਂ ਆਪਾਂ ਉਗਾਈਆਂ ਦੀ ਹਨ ਤਾਂ ਇਹ ਜੋ ਉਗਾਈਆਂ ਜਾਂਦੀ ਹੈ ਇਹ ਹੈ 19.808% ਠੀਕ ਹੈ ਜੀ ਸੋ 19.8 ਪਰ 0. 0.8% ਵੀ ਦੇ ਸਕਦੇ ਹੋ ਪਰ ਸਕਦੇ ਹੋ ਸੋ ਇੰਨੇ ਪਰਸੈਂਟ ਜੋ ਹੈ ਪੰਜਾਬ ਦੀ ਗੱਲ ਕਰ ਰਹੇ ਆ ਫਸਲਾਂ ਦੀ ਗੱਲ ਕਰਦੇ ਆ ਤੇ ਨਾਲ ਦਾਲਾਂ ਦੀ ਗੱਲ ਕਰਦੇ ਆ ਤਾਂ ਇਹ ਇੰਨੇ ਪਰਸੈਂਟ 19.0.08 ਜੋ ਪਰਸੈਂਟ ਹੈ ਇਨੀਆਂ ਉਗਾਈਆਂ ਦੀਆਂ ਠੀਕ ਹੈ ਜੀ ਸੋ ਇਹਨਾਂ ਰਕਬਾ ਹੁੰਦਾ ਜੀ ਇਹਨਾਂ ਧਿਆਨ ਚ ਰੱਖਿਓ ਚੱਲਦੇ ਆਂ ਕੁਐਸਚਨ ਦੇਵਾ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਗੁਰੂ ਨੇ ਕੇਵਲ ਸ਼ਲੋਕਾਂ ਦੀ ਹੀ ਰਚਨਾ ਕੀਤੀ ਤਾ ਕਿਹੜੇ ਗੁਰੂ ਸਹਿਬਾਨ ਨੇ ਕੀਤੀ ਹੈ ਜੀ ਇਹ ਕੀਤੀ ਗਈ ਹੈ ਆਪਣੇ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਠੀਕ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਔਰ ਸਿਰਫ ਕੇਵਲ ਤੇ ਕੇਵਲ ਸ਼ਲੋਕਾਂ ਦੀ ਹੀ ਕੀਆ ਰਚਨਾ ਕੀਤੀ ਗਈ ਹੈ ਠੀਕ ਹੈ ਜੀ ਇਹ ਵੀ ਤੁਸੀਂ ਧਿਆਨ ਜ਼ਰੂਰ ਰੱਖਿਓ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ ਜੋ ਤੁਹਾਨੂੰ ਅਪਾ ਸ਼ੇਅਰ ਕਰ ਰਹੇ ਹਾਂ ਚੱਲਦੇ ਹਾਂ ਜੀ ਮੂਵ ਅੱਡ ਕਰਦੇ ਹਾਂ ਆਪਾਂ ਅਗਲੇ ਕੁਐਸਚਨ ਦੇ ਵੱਲ ਉਸ ਤੋਂ ਅਸਰਾਰ ਇਹ ਫਰੀਦੀ ਤੇ ਦੀਵਾਨ 에 ਫਰੀਦੀ ਠੀਕ ਹੈ ਜੀ ਅਸਰਾਰ 에 ਫਰੀਦੀ ਤੇ ਦੀਵਾਨ 에 ਫਰੀਦੀ ਕਿਸ ਦੀਆਂ ਰਚਨਾਵਾਂ ਹਨ ਤਾਂ ਇਹ ਹਾਂ ਜੀ ਗੁਲਾਮ ਫਰੀਦੀਆਂ ਹਾਂ ਜੀ ਬਿਲਕੁਲ ਤੁਹਾਡਾ ਸਾਰਾ ਗੁਲਾਮ ਫਰੀਦ ਜੀ ਬਹੁਤ ਹੀ ਮਹੱਤਵਪੂਰਨ ਨਾਮ ਹੈ ਜੀ ਠੀਕ ਹੈ ਇਹ ਤਿੰਨੇ ਚਾਰੇ ਜੋ ਨਾਮ ਹਨ ਬਹੁਤ ਹੀ ਮਹੱਤਵਪੂਰਨ ਨਾਮ ਹੈ ਸੋ ਇਹਨਾਂ ਵਿੱਚੋਂ ਜੋ ਇਹਦਾ ਰਾਈਟ ਆਨਸਰ ਹੈ ਜਿੱਦਾਂ ਦੀ ਇਹ ਰਚਨਾ ਹੈ ਅਸਰਾਰ 에 ਫਰੀਦੀ ਤੇ ਦੀਵਾਨ 에 ਫਰੀਦੀ ਫਰੀਦੀ ਸੋ ਇਹ ਹੈ ਜੀ ਗੁਲਾਮ ਫਰੀਦ ਜੀ ਠੀਕ ਹੈ ਜੀ ਸੋ ਇਹ ਵੀ ਤੁਸੀਂ ਧਿਆਨ ਜ਼ਰੂਰ ਰੱਖਿਓ ਸੋ ਇਹ ਸੀ ਅੱਜ ਦੀ ਜਾਣਕਾਰੀ ਹੋਪ ਕਰਦੇ ਆ ਜੀ ਤੁਹਾਨੂੰ ਅੱਜ ਦੀ ਜਾਣਕਾਰੀ ਬਹੁਤ ਹੀ ਵਧੀਆ ਤੇ ਹੈਲਪਫੁੱਲ ਲੱਗੀ ਹੋਏਗੀ ਜੇਕਰ ਤੁਹਾਨੂੰ ਵਧੀਆ ਤੇ ਹੈਲਪਫੁੱਲ ਲੱਗੀ ਤਾਂ ਵੀਡੀਓ ਨੂੰ ਮੋਟਾ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਇੰਪੋਰਟੈਂਟ ਵੀਡੀਓ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਪਾਂ ਆਉਂਦੇ ਰਹੇ ਨੇ ਆ ਹੋਰ ਜਾਣਕਾਰੀ ਸਾਰੇ ਟੈਲੀਗ੍ਰam ਗਰੁੱਪ ਨੂੰ ਵੀ ਜਰੂਰ ਜੁਆਇਨ ਕਰਿਓ ਜਿੱਥੇ ਅਸੀਂ ਤੁਹਾਨੂੰ ਮਟੀਰੀਅਲ ਵਗੈਰਾ ਪ੍ਰੋਵਾਈਡ ਕਰਦੇ ਰਹਿੰਦੇ ਆ ਜਿਸ ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਵਿੱਚ ਹੈ ਇਸ ਵੀਡੀਓ ਦੇ ਜਾ ਕੇ ਜਰੂਰ ਵਿਜ਼ਿਟ ਕਰਿਓ ਹੋ ਹੋ ਜਣ ਠੀਕ ਹੈ ਜੀ ਤਾਂ ਮਿਲਦੇ ਆ ਜੀ ਇਦਿੱਤ